ਉੱਗੇ ਦੀ ਉਕਮਤੀ ਰਤਨ ਡਾਟਾ ਦਾ ਬੁੱਧਵਾਰ ਦੇ ਰਾਤ ਦੇਹਾਂਤ ਹੋ ਗਿਆ ਪਦਮਵੀ 부ਸ਼ਣ ਅਵਾਰਡ ਨਾਲ ਸਨਮਾਨਿਤ ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਜਿਸ ਤੋਂ ਬਾਅਦ ਅੰਬਾਨੀ ਪਰਿਵਾਰ ਦੀਆਂ ਵੀ ਅੱਖਾਂ ਨਮ ਹੋ ਗਈਆਂ ਤੇ ਮੁਕੇਸ਼ ਅੰਬਾਨੀ ਵੱਲੋਂ ਪਾਵਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਮੁਕੇਸ਼ ਅੰਬਾਨੀ ਨੇ ਉਹਨਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਤਨ ਟਾਟਾ ਦਾ ਦੇਹਾਂਤ ਨਾ ਸਿਰਫ ਟਾਟਾ ਸਮੂਲੀ ਸਗੋ ਹਰ ਭਾਰਤੀ ਲਈ ਵੱਡਾ ਘਾਟਾ ਹੈ ਮੈਜਿਕ ਪਿਆਰਾ ਦੋਸਤ ਗਵਾ ਦਿੱਤਾ ਰਤਨ ਟਾਟਾ ਦੇ ਦੇਹਾਂਤ ਉੱਤੇ ਰਿਲਾਈਐਂਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਇਹ ਦੇਸ਼ ਲਈ ਬਹੁਤ ਹੀ ਦੁਖਦਾਈ ਦਿਨ ਹੈ ਉਹਨਾਂ ਦਾ ਦੇਹਾਂਤ ਨਾ ਸਿਰਫ ਟਾਟਾ ਗਰੁੱਪ ਲਈ ਸਗੋ ਹਰ ਭਾਰਤੀ ਲਈ ਬਹੁਤ ਵੱਡਾ ਘਾਟਾ ਹੈ ਮੈਂ ਉਹਨਾਂ ਦੇ ਦੇਹਾਂਤ ਨਾਲ ਨਿੱਜੀ ਤੌਰ ਉੱਤੇ ਬਹੁਤ ਦੁਖੀ ਹਾਂ ਮੈਂ ਦੁਖੀ ਹਾਂ ਕਿਉਂਕਿ ਮੈਂ ਇੱਕ ਚੰਗੇ ਦੋਸਤ ਨੂੰ ਗਵਾ ਦਿੱਤਾ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਹਰ ਮੁਲਾਕਾਤ ਵਿੱਚ ਮੈਨੂੰ ਨਵੀਂ ਊਰਜਾ ਦਿੱਤੀ। ਉਹ ਇੱਕ ਦੂਰਦਰਸ਼ੀ ਵਪਾਰੀ ਅਤੇ ਪਰਉਪਕਾਰੀ ਸੀ। ਉਹਨਾਂ ਨੇ ਹਮੇਸ਼ਾ ਸਮਾਜ ਦੀ ਬਿਹਤਰੀ ਲਈ ਹੀ ਕੰਮ ਕੀਤਾ। ਮੁਕੇਸ਼ ਅੰਬਾਨੀ ਨੇ ਅੱਗੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਦੇਸ਼ ਨੇ ਆਪਣਾ ਸਭ ਤੋਂ ਪਿਆਰਾ ਪੁੱਤਰ ਗਵਾ ਦਿੱਤਾ ਹੈ। ਟਾਟਾ ਨੇ ਪੂਰੀ ਦੁਨੀਆ ਦੇ ਸਾਹਮਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਉਹ ਦੁਨੀਆ ਦੀਆਂ ਚੰਗੀਆਂ ਚੀਜ਼ਾਂ ਨੂੰ ਭਾਰਤ ਵਿੱਚ ਲੈ ਕੇ ਆਏ। ਉਹਨਾਂ ਨੇ ਟਾਟਾ ਪਰਿਵਾਰ ਨੂੰ ਸੰਸਥਾਪਕ ਰੂਪ ਦਿੱਤਾ। 1991 ਵਿੱਚ ਉਹਨਾਂ ਨੇ ਇਸ ਤੋਂ ਬਾਅਦ Tata Group ਦੇ ਮੁਕਾਬਲੇ ਇਸ ਦਾ ਕਾਰੋਬਾਰ 70 ਗੁਣਾ ਵਧਾ ਦਿੱਤਾ ਮੁਕੇਸ਼ ਅੰਬਾਨੀ ਨੇ ਰਤਨ ਡਾਤਾ ਦੇ ਦੇਹਾਂਤ ਉੱਤੇ ਕਿਹਾ ਕਿ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ reliance नीता ਤੇ ਅੰਬਾਨੀ ਪਰਿਵਾਰ ਦੇ ਵੱਲੋਂ ਮੈਂ ਇਸ ਮੁਸ਼ਕਿਲ ਸਮੇਂ ਵਿੱਚ ਟਾਟਾ ਪਰਿਵਾਰ ਤੇ ਮੈਂਬਰਾ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਰਤਨ ਟਾਟਾ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਅੱਖਾਂ ਵੀ ਨਮ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੀ ਇੱਕ ਚੰਗੇ ਦੋਸਤ ਨੂੰ ਗਵਾ ਦਿੱਤਾ ਤੇ ਉਹਨਾਂ ਵੱਲੋਂ ਪਾਵਕ ਪੋਸਟ ਵੀ ਸਾਂਝੀ ਕੀਤੀ ਗਈ ਤੇ ਰਤਨ ਟਾਟਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਤੇ ਨਾਲ ਹੀ ਕਿਹਾ ਗਿਆ ਕਿ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਉੱਗਯੋਗ ਉਦਯੋਗਪਤੀ ਰਤਨ ਡਾਟਾ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ ਪਦਮਵੀ 부ਸ਼ਣ ਅਵਾਰਡ ਨਾਲ ਸਨਮਾਨਿਤ ਰਤਨ ਟਾਟਾ ਨੇ 86 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਜਿਸ ਤੋਂ ਬਾਅਦ ਅੰਬਾਨੀ ਪਰਿਵਾਰ ਦੀਆਂ ਵੀ ਅੱਖਾਂ ਨਮ ਹੋ ਗਈਆਂ ਤੇ ਮੁਕੇਸ਼ ਅੰਬਾਨੀ ਵੱਲੋਂ ਪਾਵਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਮੁਕੇਸ਼ ਅੰਬਾਨੀ ਨੇ ਉਹਨਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਤਨ ਟਾਟਾ ਦਾ ਦੇਹਾਂਤ ਨਾ ਸਿਰਫ ਟਾਟਾ ਸਮੂਲੀ ਸਗੋ ਹਰ ਭਾਰਤੀ ਲਈ ਵੱਡਾ ਘਾਟਾ ਹੈ ਮੈਜਿਕ ਪਿਆਰਾ ਦੋਸਤ ਗਵਾ ਦਿੱਤਾ ਰਤਨ ਟਾਟਾ ਦੇ ਦੇਹਾਂਤ ਉੱਤੇ ਰਿਲਾਈਐਂਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਇਹ ਦੇਸ਼ ਲਈ ਬਹੁਤ ਹੀ ਦੁਖਦਾਈ ਦਿਨ ਹੈ ਉਹਨਾਂ ਦਾ ਦੇਹਾਂਤ ਨਾ ਸਿਰਫ ਟਾਟਾ ਗਰੁੱਪ ਲਈ ਸਗੋ ਹਰ ਭਾਰਤੀ ਲਈ ਬਹੁਤ ਵੱਡਾ ਘਾਟਾ ਹੈ ਮੈਂ ਉਹਨਾਂ ਦੇ ਦੇਹਾਂਤ ਨਾਲ ਨਿੱਜੀ ਤੌਰ ਉੱਤੇ ਬਹੁਤ ਦੁਖੀ ਹਾਂ ਮੈਂ ਦੁਖੀ ਹਾਂ ਕਿਉਂਕਿ ਮੈਂ ਇੱਕ ਚੰਗੇ ਦੋਸਤ ਨੂੰ ਗਵਾ ਦਿੱਤਾ ਹੈ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਹਰ ਮੁਲਾਕਾਤ ਵਿੱਚ ਮੈਨੂੰ ਨਵੀਂ ਊਰਜਾ ਦਿੱਤੀ ਉਹ ਇੱਕ ਦੂਰਦਰਸ਼ੀ ਵਪਾਰੀ ਅਤੇ ਪਰਉਪਕਾਰੀ ਸੀ ਉਹਨਾਂ ਨੇ ਹਮੇਸ਼ਾ ਸਮਾਜ ਦੀ ਬਿਹਤਰੀ ਲਈ ਹੀ ਕੰਮ ਕੀਤਾ ਮੁਕੇਸ਼ ਅੰਬਾਨੀ ਨੇ ਅੱਗੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਦੇਸ਼ ਨੇ ਆਪਣਾ ਸਭ ਤੋਂ ਪਿਆਰਾ ਪੁੱਤਰ ਗਵਾ ਦਿੱਤਾ ਹੈ ਟਾਟਾ ਨੇ ਪੂਰੀ ਦੁਨੀਆ ਦੇ ਸਾਹਮਣੇ ਦੇਸ਼ ਦੀ ਨੁਮਾਇੰਦਗੀ ਕੀਤੀ ਉਹ ਦੁਨੀਆ ਦੀਆਂ ਚੰਗੀਆਂ ਚੀਜ਼ਾਂ ਨੂੰ ਭਾਰਤ ਵਿੱਚ ਲੈ ਕੇ ਆਏ ਉਹਨਾਂ ਨੇ ਟਾਟਾ ਪਰਿਵਾਰ ਨੂੰ ਸੰਸਥਾਪਕ ਰੂਪ ਦਿੱਤਾ 1991 ਵਿੱਚ ਉਹਨਾਂ ਨੇ ਇਸ ਤੋਂ ਬਾਅਦ Tata Group ਦੇ ਮੁਕਾਬਲੇ ਇਸ ਦਾ ਕਾਰੋਬਾਰ 70 ਗੁਣਾ ਵਧਾ ਦਿੱਤਾ ਮੁਕੇਸ਼ ਅੰਬਾਨੀ ਨੇ ਰਤਨ ਡਾਤਾ ਦੇ ਦੇਹਾਂਤ ਉੱਤੇ ਕਿਹਾ ਕਿ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ Reliance नीता ਤੇ ਅੰਬਾਨੀ ਪਰਿਵਾਰ ਦੇ ਵੱਲੋਂ ਮੈਂ ਇਸ ਮੁਸ਼ਕਿਲ ਸਮੇਂ ਵਿੱਚ Tata ਪਰਿਵਾਰ ਤੇ ਮੈਂਬਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਰਤਨ Tata ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਰਤਨ Tata ਦੇ ਦੇਹਾਂਤ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਅੱਖਾਂ ਵੀ ਨਮ ਹੋ ਗਿਆ ਕਿਉਂਕਿ ਉਹਨਾਂ ਨੇ ਆਪਣੀ ਇੱਕ ਚੰਗੇ ਦੋਸਤ ਨੂੰ ਗਵਾ ਦਿੱਤਾ ਤੇ ਉਹਨਾਂ ਵੱਲੋਂ ਪਾਵਕ ਪੋਸਟ ਵੀ ਸਾਂਝੀ ਕੀਤੀ ਗਈ ਤੇ ਰਤਨ Tata ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਤੇ ਨਾਲ ਹੀ ਕਿਹਾ ਗਿਆ ਕਿ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ